ਅਲੀ ਕਮਾਲ ਦੇ ਅਸਲ ਬਟੇਰੇ ਜੇ ਅਸਲ ਬਟੇਰੇ ਇਹਨਾਂ ਦੇ ਅੱਗੇ ਪੱਠੀਆਂ ਪੱਠੇ ਦੇ ਜਿਹੜੇ ਪਿੱਛੇ ਜਾਵੇ ਨੈਟ ਦੇ ਉੱਤੇ ਚਾੜੇ ਇਹਨਾਂ ਨਾਲ ਜੋੜਾ ਚਾੜਿਆ ਆ ਵੱਡਾ ਨਰਜਿੰਦ ਦਾ ਇਹਨੇ ਕਮ ਅਜ ਕਮ ਉਮਰ ਵੀ 40 ਸਾਲ ਤੋਂ 45 ਸਾਲ ਹੋ ਗਈ ਕਿ ਮੰਨੇਗਾ ਨਹੀਂ ਇਸ ਗੱਲ ਨੂੰ ਹਾਲੇ ਤੱਕ ਬੁੱਤ ਵੀ ਡਾਲਦਾ ਬੱਚੇ ਵੀ ਪਾਲਦਾ ਪਿਆ ਇਹਨਾਂ ਪੱਠੀਆਂ ਪੱਠੇ ਤੁਹਾਨੂੰ ਦਿਖਾਏ ਨੇ ਆਹ ਬਟੇਰੇ ਅਸਲ ਬਟੇਰੇ ਸਿਆਲਕੋਟ ਬਟੇਰੇ ਜੇ ਆਹ ਦੁੰਬ ਦੇਖ ਲਓ ਕੋਈ ਇਹ ਨਹੀਂ ਕਿ ਅਸੀਂ ਫੈਂਸੀ ਤਰੀਕੇ ਨਾਲ ਵਹਾਉਣੇ ਪਿਆ ਤੁਹਾਨੂੰ ਜਾਂ ਬਣਾ ਕੇ ਦਿਖਾਉਣੇ ਪਿਆ ਸਵਾਰ ਕੇ ਵੀ ਨਹੀਂ ਦਿਖਾ ਦਿਓ ਉਸੇ ਫੜੇ ਤੁਹਾਨੂੰ ਲਿਆ ਬਹਾ ਦਾ ਖੁਸ਼ਕ ਪੰਜੇ ਨੇ ਦੇਖ ਲਓ ਤੁਹਾਨੂੰ ਸਿਰ ਦਿਖਾਇਆ ਕਿ ਬਟੇਰੇ ਵੀ ਇਸ ਕਿਸਮ ਦੇ ਹੁੰਦੇ ਜੇ ਕਿ ਤੁਸੀਂ ਗਹਿਰੀਆਂ ਅੱਖਾਂ ਨਾਲ ਲੈ ਕੇ ਲੈ ਫਿਰੋ ਜੇ ਸਿਆਲਕੋਟ ਦੇ ਦੌੜ ਕੇ ਦੌੜੇ ਫਿਰੋ ਤੇ ਪੈਸੇ ਖਰਚਦੇ ਫਿਰੋ ਗਹਿਰੀਆਂ ਅੱਖਾਂ ਵਾਲਾ ਕਬੂਤਰ ਕੋਈ ਸਾਲ ਸਿਆਲਕੋਟ ਹੀ ਅਸਲ ਜਿਹੜੇ ਉਹ ਨਹੀਂ ਹੁੰਦੇ ਉਹ ਫੈਂਸੀ ਬਣੇ ਨੇ ਜਿਵੇਂ ਆਪਣਾ ਲਾਹੌਰੀਆਂ ਦਾ ਬਣਾਇਆ ਨੇ ਸਵੇਰ ਚੁੰਝ ਵਾਲੇ ਟਾੜੀ ਇਸ ਤਰ੍ਹਾਂ ਇਹ ਮਾਮਲਾਤ ਨੇ ਸਾਡੇ ਸਾਡੇ ਕੋਲ ਤਾਂ ਜੋ ਵੀ ਆਇਆ ਜੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਕਿ ਸਾਡੇ ਅੱਛੇ ਨੇ ਸਭ ਤੋਂ ਲੋਕਾਂ ਕੋਲ ਸਾਧ ਸਾਹਿਬਾਨ ਜਿਹੜੇ ਨੇ ਅਸੀਂ ਉਹਨਾਂ ਦਾ ਇਤਰਾਮ ਕਰਨੇ ਆ ਉਹ ਬਹੁਤ ਨਾਈਸ ਕਬੂਤਰਾਂ ਦੇ ਹਾਮੀ ਹੈ ਚਲੋ ਹਮਾਰੇ ਪਾਸ ਵੀ ਜੋ ਸ਼ੌਕ ਹੈ ਅੱਛਾ ਹੈ ਜਾਂ ਬੁਰਾ ਹੈ ਆਪਕੋ ਦਿਖਾਤੇ ਹੈ ਹਮ ਸ਼ੌਕ ਹੀ ਕਰਾ ਰਹੇ ਹੈ ਹਮ ਫਰੋਖਤ ਕਰਨ ਵਾਲੇ ਨਹੀਂ ਹੈ ਔਰ ਨਾ ਫਰੋਖਤ ਕਰਤੇ ਹੈ ਲਾਹੌਰ ਦੇ ਇੱਕ ਆਦਮੀ ਚੱਲ ਰਿਹਾ ਹੈ ਉਹ ਕਹਿ ਰਿਹਾ ਜਾਫਰ ਅਲੀ ਕਮਾਲ ਕੀ ਲਾਹੌਰ ਮੇਂ ਦੁਕਾਨ ਉਹ ਝੂਠ ਬੋਲ ਰਿਹਾ ਹੈ ਹਮ ਨਾ ਲਾਹੌਰ ਕੇ ਰਹਿਣੇ ਵਾਲੇ ਹੈ ਨਾ ਲਾਹੌਰ ਸੇ ਤੋਲ ਲਗੇ ਹਮਾਰਾ ਸਿਆਲਕੋਟ ਸੇ ਤੋਲ ਲਗੇ ਔਰ ਦਸਕਾ ਮੇਂ ਹਮਾਰੀ ਦੁਕਾਨ ਹੈ ਇਧਰ ਇਹ ਵੀ ਮੇਰਾ ਭਾਈ ਹੈ ਛੋਟਾ ਜਿਸ ਨੇ ਇਹ ਸ਼ੌਕ ਕੀਆ ਹੋਇਆ ਜਾਫਰ ਅਲੀ ਕਮਾਲ ਨੇ ਦਿਖਾ ਮੈਂ ਰਹਾ ਹੂੰ ਇਸਕਾ ਬੜਾ ਭਾਈ ਹੂੰ ਅੱਗੇ ਵੀ ਤੁਹਾਨੂੰ ਬਟੇਰਾ ਵਹਾਇਆ ਕਬੂਤਰ ਇਹ ਬਟੇਰਾ ਜੇ ਕਾਲੇ ਮੂੰਹ ਵਾਲੇ ਬਟੇਰੇ ਜੇ ਸਾਡੇ ਲੋਕਾਂ ਦਾ ਸਾਨੂੰ ਪਤਾ ਕੈਸੇ ਲੇਕਿਨ ਅਸੀਂ ਆਪਣੇ ਵੱਲੋਂ ਜੋ ਵੀ ਰੱਖਿਆ ਅੱਛਾ ਸ਼ੌਕ ਸਮਝ ਕੇ ਰੱਖਿਆ ਸਾਡੇ ਕੋਲ ਇਹ ਦੇਖ ਰਹੇ ਹੋ ਜੀ ਕਬੂਤਰ ਸਾਡਾ ਕਾਲੇ ਮੂੰਹ ਵਾਲਾ ਬਟੇਰਾ ਜੇ ਔਰ ਦੇਖ ਲਓ ਦੇਖ ਸਕਦੇ ਹੋ ਦੁੰਬ ਹੈ ਜੇ ਦਰਮਿਆਨ ਸਫੇਦ ਕਾਲੇ ਭਰ ਨੇ ਬਕਾਇ ਸਾਰੇ ਕਾਲੇ ਨੇ ਆ ਕੁਛ ਪੰਜੇ ਜਾਂਦੇ ਇਹ ਵੱਡੇ ਕਬੂਤਰ ਜਿਹੜੇ ਤੁਹਾਨੂੰ ਵਿਖਾ ਰਿਹਾ ਸਾਡੇ ਕੋਲ ਕਬੂਤਰ ਨੇ ਵੱਡੇ ਨੇ ਜੋੜਿਆਂ 'ਚੋਂ ਦੇਖ ਸਕਦੇ ਹੋ ਬਟੇਰਾ ਵੀ ਤੁਹਾਨੂੰ ਵਿਖਾਇਆ ਅੱਗੇ ਦੂਸਰਾ ਬਟੇਰਾ ਇਹ ਕਾਲੇ ਮੂੰਹ ਵਾਲਾ ਬਟੇਰਾ ਇਹਨਾਂ ਦੇ ਅੱਗੇ ਸਾਡੇ ਕੋਲ ਕਰਾਸਾਂ ਨੇ ਆਪਣੇ ਬਰੀਡਾਂ ਨੇ ਇਹਨਾਂ ਦੀਆਂ ਨਸਲਾਂ ਨੇ ਲੇਕਿਨ ਇਹ ਫਰੋਤ ਨਹੀਂ ਕਰਦੇ ਨਾ ਕੋਈ ਸਾਡੇ ਦਿਮਾਗ ਇਹ ਜਿੰਦ ਰੱਖੇ ਕੋਈ ਵੀ ਫਰੋਤ ਕਰਨ ਦੇ ਨਾਲ ਜਾ ਕੇ ਲਾਹੌਰੀਆਂ ਨੂੰ ਪੁੱਛ ਕੇ ਆਖਣ ਪੈ ਗਏ ਬਈ ਸਾਡੇ ਇਹ ਵੀ ਸਿਆਲਕੋਟ ਮੋਤੀਆਂ ਵਾਲੇ ਜੇ ਸਿਆਲਕੋਟ ਕਬੂਤਰ ਦੀ ਇੱਕ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਦੀਆਂ ਲੱਤਾਂ ਲੰਮੀਆਂ ਨਹੀਂ ਇੰਨੀਆਂ ਦੀਆਂ ਛਾਤੀਆਂ ਚੌੜੀਆਂ ਹੋਣਗੀਆਂ ਸਿਰ ਵੀ ਗਰਦਨਾਂ ਵੀ ਐਡੀਆਂ ਲੰਮੀਆਂ ਨਹੀਂ ਹੁੰਦੀਆਂ ਸਾਡੇ ਹਿਸਾਬ ਦੇ ਮੁਤਾਬਕ ਲੇਕਿਨ ਇਹ ਨਹੀਂ ਪਤਾ ਹੁਣ ਸਾਨੂੰ ਕਿਸ ਹਿਸਾਬ ਨਾਲ ਤੁਸੀਂ ਦੇਖਦੇ ਹੋ ਕਿਸ ਹਿਸਾਬ ਨਾਲ ਨਹੀਂ ਸਾਡੇ ਕੋਲ ਤਾਂ ਜਿੰਨੇ ਵੀ ਨੇ ਪੁਰਾਣੀਆਂ ਨਸਲਾਂ ਦੇ ਕਬੂਤਰ ਜੇ ਦੇਖ ਸਕਦੇ ਹੋ ਫਿਰ ਕਿੰਨੀ ਕਿੰਨੇ ਸਾਲ ਦੇ ਕਬੂਤਰਾਂ ਨਸਲਾਂ ਦੀਆਂ ਨਸਲਾਂ ਚੱਲ ਰਹੀਆਂ ਨੇ ਸਾਡੇ ਇਹ ਸਾਡਾ ਬਾਂਕਾ ਨਾਰੇ ਜੀ ਕਹਿੰਦੇ ਕੋਈ ਅਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਪਏ ਅਸੀਂ ਇਹ ਕਹਿੰਦੇ ਕਿ ਸਾਡੇ ਕੋਲ ਬੰਕ ਹੈ ਅਸੀਂ ਬਾਂਕੇ ਕਹਿੰਦੇ ਤੇ ਬਾਂਕੇ ਬੱਚੇ ਵੀ ਅਖੀਰ ਦੌੜਦੇ ਨੇ ਪ੍ਰਵਾਦੀ ਨੇ ਜ਼ਾਇਆ ਵੀ ਨਹੀਂ ਹੁੰਦੇ ਅਕਲ ਰੱਖ ਕੇ ਆਉਂਦੇ ਨੇ ਦੇਖ ਸਕਦੇ ਹੋ ਤੁਸੀਂ ਇਹ ਕਬੂਤਰ ਦੇਖ ਲਓ ਜੀ ਇਹ ਸਾਡੇ ਵੱਡੇ ਕਬੂਤਰਾਂ 'ਚੋਂ ਝਾੜੇ ਪਏ ਨੇ ਕਰੀਜ ਪੜੀ ਇਹਨਾਂ ਇਹ ਦੁੰਬ ਦੇਖ ਲਓ ਇੱਕ ਪਰਚੀ ਹੈ ਨਾਖਨ ਦੇਖ ਲਓ ਇੱਕੋ ਜੈਸੇ ਨੇ ਕੁਛ ਇੱਕ ਪੰਜਾ ਰੈਡ ਨਾਰੇ ਜੀ ਸਾਡਾ ਇਹ ਫਰਾਂਸਾ ਨਾਰੇ ਅਸੀਂ ਫਰਾਂਸਾ ਕਹਿੰਦੇ ਉੱਧਰ ਲੈ ਕੇ ਆਏ ਲੇਕਿਨ ਜਿਹੜੇ ਬੰਦੇ ਵੀ ਫਰਾਂਸਾ ਫਰੂੰਸਾ ਆਉਂਦੇ ਨੇ ਫਲਾਣੇ ਢਮਕਾਣੇ ਨੇ ਸਾਨੂੰ ਕੋਈ ਪਤਾ ਨਹੀਂ ਫਰਾਂਸਾ ਲੇਕਿਨ ਅਸੀਂ ਜਿੱਥੋਂ ਲੈ ਕੇ ਆਏ ਉੱਥੋਂ ਅਸਲ ਫਰਾਂਸਿਆਂ 'ਚੋਂ ਲੈ ਕੇ ਆਏ ਹਾਂ ਇਹ ਨਾਰੇ ਸਾਡੇ ਫਰਾਂਸਾ ਅੱਖ ਦੇਖ ਜਾਓ ਬਸ ਸਫੇਦ ਅੱਖ ਦਾ ਗਹਿਰੀਆਂ ਅੱਖਾਂ ਕੋਈ ਨਹੀਂ ਐਂ ਦੇ ਪਰ ਜੇ ਦੇਖ ਲਓ ਇਹ ਮਿਸਤਰੀ ਦੁੰਬ ਜਾਂਦੀ ਇੱਕ ਪੂਛਲ 'ਚ ਪੱਤਰ ਵੇਖ ਲਓ ਕੀ ਹੈ
ਐਨੀ ਕਿ ਵੇਖ ਲਓ ਇਸ ਹਿਸਾਬ ਨਾਲ ਵੀ ਐਨ ਦੇ ਪੰਜੇ ਜੇ ਸਾਰੇ ਮੋਮੀ ਨੌ ਜੇ ਖੁਸ਼ਕ ਪੰਜਾ ਬਰੀਕ ਲੱਤਾਂ ਜੇ ਸਕਦੇ ਹੋ ਆਹ ਸਾਡੇ ਫਰਾਂਸਾ ਕਬੂਤਰ ਜੇ ਅਤੇ ਬੱਚੇ ਇਹਦੇ ਪਰਵਾਦੀ ਨੇ ਅਖੀਰ ਦੇ ਪਰਵਾਦੀ ਨੇ ਆਹ ਜਾਫਰ ਜਾਫਰ ਕਮਾਲ ਨੇ ਖੁਦ ਹੁਣ ਆਪਣੇ ਹੱਥੀ ਫੜ ਕੇ ਕਬੂਤਰ ਨੂੰ ਦਿਖਾ ਰਿਹਾ ਇਹਦੇ ਨਾਂ ਤੇ ਬਥੇਰੇ ਲਾਹੌਰ ਦੇ ਵਿੱਚ ਲੋਕ ਲੱਗ ਪਏ ਨੇ ਆਖਣ ਲੱਗੇ ਜਾਫਰ ਕਮਾਲ ਦੀ ਲਾਹੌਰ ਮੈਂ ਦੁਕਾਨ ਹੈ ਉਹ ਦੋ ਨੰਬਰੀ ਕਰਕੇ ਝੂਠ ਬੋਲ ਰਹੇ ਹੈ ਅਤੇ ਗਾਹਕ ਪੈਸੇ ਬਟੋਰਨੇ ਕੇ ਲੀਏ ਇਹ ਸਿਰਫ ਓਰੀਜਨਲ ਸਾਡੇ ਆਏ ਨੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਅਸਲ ਸ਼ਰਮੀਲੇ ਦਿਖਾਉਣੇ ਆ ਅਸਲ ਸ਼ਰਮੀਲੇ ਜਿਹੜੇ ਹੈ ਨੇ ਜਿਹੜੇ ਸ਼ਰਮੀਲੇ ਜਿਹਨਾਂ ਦੀ ਇਹ ਨਹੀਂ ਅਸੀਂ ਦੱਸਾਂ ਜਾਫਰ ਵੀ ਕਮਾਲ ਦੇ ਪੈਂਦੀਆਂ ਲਗਬੂਤਰੇ ਇਹ ਕਾਲਾ ਭਾਰਤ ਚੌਥਾ ਦੇ ਸਕਦੇ ਪੈਂਦੀਆਂ ਆਹ ਲਗੋਟਾਂ ਦੇ ਸਕਦੇ ਹੋ ਇੱਕ ਪੱਤਰ ਚ ਬੂੰਦਾ ਦੇਖ ਲਵੋ ਇਹ ਦਿਨ ਕੁਛ ਕੁ ਪੰਜੇ ਜੇ ਨਾਸਣ ਦੇਖ ਲਓ ਬਾਕੀ ਇਹ ਤੁਹਾਨੂੰ ਸਾਰੇ ਚੌਕ ਪੰਜ ਚਾਰ ਨਰ ਨੇ ਇਹਨਾਂ ਦਾ ਸ਼ੌਕ ਕਰਾਉਣ ਲੱਗੇ ਨਰ ਦੇਖੋ ਸਾਡੇ ਕਬੂਤਰਾਂ ਦੇ ਵਿੱਚੋਂ ਬਰੀਡਰ ਕਬੂਤਰ ਜੇ ਪੈਂਤੀਆਂ ਵਾਲਾ ਜੇ ਬਟੇਰੇ ਜੇ ਕਾਲੇ ਮੂੰਹ ਵਾਲੇ ਜੇ ਕਮੱਗਰ ਜੇ ਮੋਤੀਆਂ ਵਾਲੇ ਫਰਾਂਸੇ ਜੇ ਐਲੇ ਤੁਹਾਨੂੰ ਬਹਾਣੇ ਪਏ ਇਹਨਾਂ ਦੇ ਵਿੱਚੋਂ ਅੱਜ ਜਿਹੜੇ ਬਕਾਇਆ ਜੋੜਿਆ ਦੇ ਵਿੱਚੋਂ ਕਾਫੀ ਜੋੜੇ ਨੇ ਜਿਹੜੇ ਇਹਨਾਂ ਦੇ ਹੋਰ ਨਸਲਾਂ ਜੋ ਵੀ ਨੇ ਕਮੱਗਰ ਵੀ ਹੈ ਨੇ ਸ਼ਰਮੀਲੇ ਨੇ ਇਹ ਖੂਬਸੂਰਤੀ ਦੇ ਕਮਾਲ ਨੇ ਜਾਨਵਰ ਵੀ ਕਮਾਲ ਹੈ ਨਾਂ ਵੀ ਮਾਲਕ ਦਾ ਕਮਾਲ ਹੈ ਸਾਡੇ ਕੋਲ ਓਰੀਜਨਲ ਅਸੀਂ ਆਪਣੇ ਹਿਸਾਬ ਦੇ ਨਾਲ ਓਰੀਜਨਲ ਰੱਖੇ ਨੇ ਉਸਤਾਦਾਂ ਨਾਲ ਸਾਡੀ ਗੁਜ਼ਰੇਤਬਾਜ਼ੀ ਕੋਈ ਨਹੀਂ ਹੁੰਦੀ ਕਿਉਂਕਿ ਉਸਤਾਦਾਂ ਦਾ ਇਕਰਾਮ ਕਰਨੇ ਅਸੀਂ ਉਹਨਾਂ ਦੀ ਅਸੀਂ ਇੱਜ਼ਤ ਕਰਨੇ ਆ ਕਾਬਲੇ ਇਤਰਾਮ ਨੇ ਸਾਡਾ ਤੇ ਇੱਕ ਛੋਟਾ ਜਿਹਾ ਸ਼ੌਕ ਹੈ ਸ਼ੌਕ ਦੇ ਹੱਦ ਤੱਕ ਸਾਡਾ ਕੰਮ ਹੈ ਅਸੀਂ ਨਾ ਫਰੋਖਤ ਕਰਨੇ ਨਾ ਸਾਡਾ ਕਿ ਇਹਨਾਂ ਇੱਜ਼ਤਬਾਜ਼ੀ ਦਾ ਮਾਮਲਾ ਹੈ।